हां जी ਸੋਨਿਓ ਤੇ ਅੱਜ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਅਦਾਕਾਰ ਸ਼ਹਿਦ ਦੇ ਤੇ ਅਦਾਕਾਰ ਮੈਡਮ ਸਗੀਤਾ ਦੀ ਇਹਨਾਂ ਦੋਵਾਂ ਦੇ ਅਸੀਂ ਬਾਰੇ ਦੱਸਾਂਗੇ ਕਿ ਇਹਨਾਂ ਨੂੰ ਕਿਸਰਾ ਇੱਕ ਦੂਜੇ ਦੇ ਨਾਲ ਇਸ਼ਕ ਹੋਇਆ ਤੇ ਕਿਸਰਾ ਇਹਨਾਂ ਦੇ ਵਿੱਚ ਜੁਦਾਈਆਂ ਪਈਆਂ ਕਿ ਅੱਧੀ ਰਾਤ ਨੂੰ 2 ਵਜੇ ਸਗੀਤਾ ਨੂੰ ਰੋਣਾ ਪਿਆ ਤੇ ਸਿਰ ਫੜ ਕੇ ਬੈ ਗਈ ਕਿ ਮੇਰੇ ਨਾਲ ਹੋਇਆ ਕੀ ਤੇ ਜੇ ਸਾਰਾ ਤੁਸੀਂ ਇਹ ਵਾਕਿਆ ਸੁੰਣਾ ਚਾਹਦੇ ਜੇ ਤੇ ਇਸ ਵੀਡੀਓ ਨੂੰ ਐਂਡ ਤੀ ਕਰਾ ਜ਼ਰੂਰ ਵੇਖੋ ਤੇ ਜੇ ਸੋਹਣਿਓ ਤੁਸੀਂ ਇਸ ਚੈਨਲ ਤੇ ਨਵੇਂ ਆਏ ਜੇ ਤੇ ਮੁਹੱਬਤਾਂ ਨਾਲੇ ਨੂੰ ਸਬਸਕ੍ਰਾਈਬ ਵੀ ਕਰ ਲੋ ਇਹ ਸੋਹਣਿਓ 1977 ਦਾ ਵਾਕਿਆ ਹੈ ਕਿ ਅਦਾਕਾਰ ਸ਼ਹੀਦ ਦਾ ਵੀ ਤੁਹਾਨੂੰ ਪਤਾ ਹੈ ਕਿ ਉਹ ਬੜਾ ਭੂਂਡ ਬਾਜ ਸੀ ਕਿ ਜਿਹੜਾ ਹੀ ਵੀ ਅਦਾਕਾਰ ਨੂੰ ਉਹਦੇ ਨਾਲ ਇਸ਼ਕ ਹੋਇਆ ਤੇ ਉਹਨੇ ਕਿਹਾ ਆਉਣ ਦਿਓ ਉਹਨੇ ਨਾ ਨਹੀਂ ਕੀਤੀ ਕਿਸੇ ਨੂੰ ਮਾਸ਼ਾਅੱਲਾ ਸੋਹਣਾ ਸੀ ਤੇ ਇਸੇ ਤਰ੍ਹਾਂ ਹੀ ਅਦਾਕਾਰ ਸਗੀਤਾ ਨੂੰ ਇਹਦੇ ਨਾਲ ਇਸ਼ਕ ਹੋ ਗਿਆ ਇਨੇ ਕਿਹਾ ਠੀਕ ਹੈ ਜੀ ਓਕੇ ਉਹ ਤੇ ਆਪ ਦਾ ਦਿਲੋ ਦਿਲ ਦੇ ਬੈਠੀ ਇਹਨੂੰ ਲੇਕਿਨ ਇਹ ਤੇ ਕਰਦਾ ਸੀ ਹਰ ਕੁੜੀ ਦੇ ਨਾਲ ਟਾਈਮ ਪਾਸ ਇਹਨੇ ਕਿਸੇ ਵੀ ਅਦਾਕਾਰ ਨੂੰ ਨਾ ਨਹੀਂ ਕੀਤੀ ਜਿੰਨੇ ਵੀ ਹਾਂ ਕੀਤੀ ਇਹਨੇ ਕਿਹਾ ਜੀ ਆਉਂਦੇ ਹੋ ਠੀਕ ਹੈ ਮੈਨੂੰ ਆਮ ਹੀ ਨੇ ਤੇ ਮੈਡਮ ਸਗੀਤਾ ਨਾਲ ਕੀ ਬਣਿਆ ਇਹ ਤੇ ਦਿਲੋ ਪਿਆਰ ਕਰਨ ਲੱਗ ਪਈ ਦਿਲੋ ਦਿਲ ਦੇ ਬੈਠੀ ਕਿ ਇਸੇ ਤਰ੍ਹਾਂ 1977 ਦਾ ਵਾਕਿਆ ਸੀ ਕਿ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਕਰਾਚੀ ਸੈੱਟ ਲੱਗਾ ਸੀ ਫਿਲਮ ਦਾ ਨਾਮ ਸੀ माजी ਹਾਲ ਮੁਸਤਕਬਲ ਉਹਦੀ ਫਿਲਮ ਦੀ ਸ਼ੂਟਿੰਗ ਲਈ ਅਦਾਕਾਰ ਸ਼ਾਹਦ ਕਰਾਚੀ ਗਿਆ ਕਿ ਫਿਲਮ ਦਾ ਸੈੱਟੇ ਉੱਥੇ ਬੜਾ ਵੱਡਾ ਲੱਗਾ ਉਹਨੂੰ ਕੋਈ 2 ਤੋਂ 3 ਦਿਨ ਲੱਗ ਜਾਣੇ ਸਨ ਤੇ ਉਸ ਟਾਈਮ ਇਹਨਾਂ ਦੋਹਾਂ ਦੀਆਂ ਇਸ਼ਕ ਦੀਆਂ ਪਿੰਗਾ ਦੀ ਗੁੱਡੀ ਜੜੀ ਉਹ ਸਮਾਨੇ ਜੜੀ ਸੀ ਕਿ ਇੱਕ ਮਿੰਟ ਨਹੀਂ ਸੀ ਇੱਕ ਦੂਜੇ ਤੋਂ ਬਗੈਰ ਰਹਿੰਦੇ ਤੇ ਅਦਾਕਾਰ ਸਗੀਤਾ ਜਿਹੜੀ ਸੀ ਉਹ ਲਾਹੌਰ ਦੇ ਵਿੱਚ ਮੌਜੂਦ ਸੀ ਤੇ ਉਦੋਂ ਮੋਬਾਈਲਾਂ ਚਬੈਲਾਂ ਦਾ ਤੇ ਦੌਰ ਹੀ ਕੋਈ ਨਹੀਂ ਸੀ ਪੀਟੀਸੀਐਲ ਤੇ ਕਾਲ ਹੁੰਦੀ ਸੀ ਉਹਦੇ ਤੇ ਜਦੋਂ ਸ਼ੂਟਿੰਗ ਖਤਮ ਹੋਣੀ ਤੇ ਰਾਤ ਨੂੰ ਇਹਨਾ ਇੱਕ ਦੂਜੇ ਨੂੰ ਕਾਲ ਕਰਨੀ ਇਸੇ ਤਰ੍ਹਾਂ ਹੀ ਰਾਤ 2 ਵਜੇ ਦਾ ਟਾਈਮ ਸੀ ਤੇ ਅਦਾਕਾਰ ਸ਼ਾਹਦ ਨੇ दारू ਪੀਤਾ ਤੇ ਟੰਨ ਹੋਇਆ ਟੰਨ ਹੋ ਕੇ ਫੋਨ ਕਰਕੇ ਕਿਹਾ ਜੀ ਸਗੀਤਾ ਮੈਡਮ ਕਿ ਮੈਂ ਕੱਲ ਆ ਰਿਆਂ ਲਾਹੌਰ ਤੇ ਆਂਦਿਆ ਨਾਲ ਮੈਂ ਤੇਰੇ ਨਾਲ ਨਕਾਹ ਕਰ ਲੈਣਾ ਸ਼ਾਦੀ ਕਰ ਲੈਣੀ ਲਓ ਜੀ ਅੰਨਾ ਕੀ ਭਾਲੇ ਦੋ ਅੱਖਾਂ ਉਹਦੇ ਦੇ ਪੁੱਜੇ ਉਹ ਗਪੇ ਉਹਨੇ ਕਿਹਾ ਬਿਸਮిల్లా ਉਹ ਜੋ ਚਾਹਦੀ ਸੀ ਉਹ ਹੋ ਗਿਆ ਉਹਨੇ ਪਾਈ ਸਾਰੀ ਰਾਤ ਉਹ ਜਾ ਕੇ ਕੱਢੇ ਸਵੇਰ ਖੈਰ ਦਾ ਦਿਨ ਚੜਿਆ ਤੇ ਤਿਆਰ ਹੋ ਕੇ ਸ਼ਿੰਗਾਰ ਲਾ ਕੇ ਹਰਸ਼ ਮੇਕਅਪ ਕਰਕੇ ਤੇ ਬੈਠੀ ਡੀਗਰੀ ਵੇਟ ਕਰ ਰਹੀ ਲੇਕਿਨ ਸੋਹਣੋ ਉਹ ਤੇ ਉਸ ਟਾਈਮ ਨਸ਼ੇ 'ਚ ਸੀ ਉਹਨੂੰ ਸਵੇਰ ਪਤਾ ਹੀ ਕੋਈ ਨਹੀਂ ਕਿ ਮੈਂ ਕੀ ਕਿਹਾ ਅੱਜ ਰਾਤੀ ਕੀ ਗੱਲ ਹੋਈ ਤੇ ਕੀ ਬਾਤ ਹੋਈ ਉਹਦੇ ਦੇ ਜ਼ਿਹਨ 'ਚ ਕੋਈ ਨਾ ਕਿ ਮੈਂ ਇਹ ਗੱਲ ਸਗੀਤਾ ਨੂੰ ਕਹੀ ਲਓ ਜੀ ਸਾਰੀ ਦਿਹਾੜੀ ਡੇਕਦੀ ਰਹੀ ਕੋਈ ਚੱਕਰ ਹੀ ਨਹੀਂ ਅੱਗੋਂ ਰਾਤ ਪੈ ਗਈ ਰਾਤ ਵੀ ਡੇਕਦੀ ਰਹੀ ਕਿ ਮੇਰਾ ਆਇਆ ਨਹੀਂ ਮਸੀਹਾ ਮੇਰਾ ਦਿਲ ਦਾ ਜਾਨੀ ਨਹੀਂ ਆਇਆ ਦਿਲ ਦਾ ਜਾਨੀ ਹੁੰਦੀਆਂ ਦੂਜੀ ਜਗ੍ਹਾ ਤੇ ਲੱਗੀਆਂ ਸਨ ਉਹ ਤੇ ਬਸ ਇਹਦੇ ਨਾਲ ਟਾਈਮ ਪਾਸ ਕਰ ਰਿਆ ਸੀ ਸਾਰੀ ਰਾਤ ਵੀ ਇਹਨੇ ਇਸੇ ਤਰ੍ਹਾਂ ਹੀ ਕੱਢੀ ਜਦੋਂ ਅਗਲਾ ਦਿਨ ਚੜਿਆ ਤੇ ਖ਼ਬਰ ਜਦੋਂ ਲੋਕਾਂ ਦੇ ਘਰਾਂ 'ਚ ਦੇਣ ਆਂਦੇ ਨੇ ਖ਼ਬਾਰੀਏ ਇਹਦੇ ਘਰ ਵੀ ਸਵੇਰ-ਸਵੇਰ ਖ਼ਬਰ ਆਈ ਤੇ ਖ਼ਬਰ ਇਹਨੇ ਪੜ੍ਹੀ ਜਿਸ ਟਮ ਖ਼ਬਰ ਪੜ੍ਹੀ ਤੇ ਸਭ ਤੋਂ ਪਹਿਲੀ ਲਾਈਨ ਤੇ ਅਦਾਕਾਰ ਸ਼ਾਹਦ ਦੀ ਨਿਊਜ਼ ਲੱਗੀ ਖ਼ਬਰ ਛਪੀ ਕੀ ਖ਼ਬਰ ਛਪੀ ਏ ਕਿ ਅਦਾਕਾਰ ਸ਼ਾਹਦ ਨੇ ਅਦਾਕਾਰਾ ਬਾਵਰਾ ਸ਼ਰੀਫ ਦੇ ਨਾਲ ਸ਼ਾਦੀ ਕਰ ਲਈ ਤੇ ਹਣੀ ਮੂਨ ਮਨਾਉਣ ਲਈ ਇਹ ਦੋਵੇਂ ਲੰਡਨ ਜਾ ਰਹੇ ਨੇ ਇਹ ਜਦੋਂ ਸੋਹਣ ਨੂੰ ਇਹ ਖਬਰ ਪੜੀ ਤੇ ਪੜ ਕੇ ਦੇ ਉੱਥੇ ਹੀ ਸੋਹਣ ਉਹ ਜਾ ਦੜਾਲ ਡਿੱਗੀ ਬੈਰ ਦੇ ਉੱਤੇ ਕਿ ਨਹੀਂ ਬਰਦਾਸ਼ਤ ਹੋਇਆ ਕਿਉਂਕਿ ਇਹ ਤਾਂ ਦਿਲੋਂ ਇਸ਼ਕ ਕਰਦੀ ਸੀ ਨੌਕਰਾਂ ਨੇ ਚੁੱਕਿਆ ਹਸਪੀਟਲ ਲੈ ਗਏ ਹੋਸ਼ ਆਈ ਹੋਸ਼ ਤੋਂ ਬਾਅਦ ਚ ਸੋਚਿਆ ਕਿ ਇਹ ਕੀ ਮੇਰੇ ਨਾਲ ਹੋਇਆ ਕੀ ਬੜੀਆਂ ਫਿਰ ਸਰਕਾਰ ਇਹਨੇ ਕਾਲਾ ਕੀਤੀਆਂ ਅਦਾਕਾਰ ਸ਼ਾਹ ਨੂੰ ਲੇਕਿਨ ਨਹੀਂ ਚੁੱਕਿਆ ਉਹਨੇ ਇਹਨੇ ਫਿਰ ਉਸੇ ਹੀ ਜ਼ਖਮਾਂ ਤੇ ਆਪਣੇ ਆਪ ਤੇ ਮਰਮ ਰੱਖੀ ਤੇ ਉਹ ਟਾਈਮ ਗੁਜ਼ਾਰਿਆ ਗੁਜ਼ਾਰ ਕੇ ਤੇ ਅੱਗੋਂ ਫਿਰ ਇਹਨੇ ਪਾਕਿਸਤਾਨੀ ਵਿਲਨ ਹੋਏ ਨੇ ਸਲਤਾਨੀ ਦੇ ਦੌਰ ਦੇ ਹਮਾਇਓ ਕਰੈਸ਼ੀ ਉਹਦੇ ਨਾਲ ਫਿਰ ਇਹਨਾ ਸ਼ਾਦੀ ਕੀਤੀ ਅਦਾਕਾਰ ਸ਼ਗੀਤਾ ਨੇ ਤੇ ਇਹਨੇ ਸੋਣਿਓ ਅਦਾਕਾਰ ਸ਼ਾਹਦ ਦੀ ਤੇ ਬਾਵਰਾ ਸ਼ਰੀਫ ਦੀ ਚੰਦ ਮਹੀਨੇ ਸ਼ਾਦੀ ਚੱਲੀ ਕਿ ਜਿਹੜੀ ਆਪਸ 'ਚ ਇਹਨਾਂ ਦੀ ਫਿਰ علیحدਗੀ ਹੋ ਗਈ ਇਹ ਜੇ ਸੋਨਿਓ 1977 ਦਾ ਇਹਨਾਂ ਦੋ ਦਾ ਵਾਕਿਆ ਅਦਾਕਾਰ ਮੈਡਮ ਸਗੀਤਾ ਤੇ ਅਦਾਕਾਰ ਸ਼ਾਹਦ ਤੇ ਜੇ ਤੁਸੀਂ ਮਜ਼ੀਦ ਇਹੋ ਜੀਆਂ ਸਟੋਰੀਆਂ ਸੁੰਨਣਾ ਚਾਹਦੇ ਈਏ ਤੇ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਕਰੋ ਤੇ ਨਾਲੇ ਸੋਨਿਓ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚੋਂ ਵੇਹ ਰਹੇ ਜੇ